ਬਠਿੰਡਾ ਦੀ ਗ੍ਰੀਨ ਸਿਟੀ ਦੀ ਅਪਾਰ ਸਫਲਤਾ ਤੋਂ ਬਾਅਦ ਹੁਣ ਪੇਸ਼ ਹੈ ਕਨਈਆਸ ਗ੍ਰੀਨ ਸਿਟੀ, ਜਿੱਥੇ ਸਿਕਿਉਰਿਟੀ ਦੇ ਪੁਖਤਾ ਪ੍ਰਬੰਧ, ਖੁੱਲੀਆਂ ਸੜਕਾਂ, ਹਰਾ ਭਰਾ ਵਾਤਾਵਰਣ, ਬਿਜਲੀ ਦੀਆਂ ਅੰਡਰਗਰਾਊਂਡ ਤਾਰਾਂ ਅਤੇ ਖੂਬਸੂਰਤ ਫੁੱਲ ਪੌਦੇ, ਲੈਂਡਸਕੇਪਿੰਗ ਅਤੇ ਨਿਰਮਾਣ ਕਾਰਜ ਚੱਲ ਰਹੇ ਨੇ ਤੇਜ਼ੀ ਨਾਲ। ਇਸ ਤੋਂ ਪਹਿਲਾਂ ਕਿ ਸਾਰੇ ਪਲਾਟ ਬੁੱਕ ਹੋ ਜਾਣ, ਸੰਪਰਕ ਕਰੋ 8556002064 ਅਤੇ 85560021। ਸਿੱਖੋ
ਹੋਊਗੀ ਤਾਂ ਅਸਲਾ ਡਟ ਕੇ ਵਿਰੋਧ ਕਰਾਂਗੇ ਉਹਨੂੰ ਭੜਾਓ ਕਰਾਂਗੇ। ਅਸੀਂ ਕਿਸੇ ਵੀ ਹਾਲ ਦੇ ਵਿੱਚ ਪਿੱਛੇ ਨਹੀਂ ਹਟਾਂਗੇ। ਮੇਰੇ ਪੰਜਾਬ ਦੇ ਲੋਕੋ, ਇੱਕ ਮੈਂ ਤੁਹਾਨੂੰ ਹੋਰ ਗੱਲ ਕਹਿ ਦੇਣੀ ਚਾਹੁੰਦਾ, ਜਿਸ ਤਰ੍ਹਾਂ ਹੁਣ ਸਰਕਾਰ ਚਾਲਾ ਚੱਲ ਰਹੀ ਹੈ ਕਿ ਫੋਟੋਆਂ ਜਾਰੀ ਕਰਦੀਆਂ ਫੜ ਰਹੀ ਹੈ ਨੌਜਵਾਨਾਂ ਨੂੰ ਪਿੰਡਾਂ ਦੇ ਵਿੱਚ ਆ ਕੇ, ਇਹ ਕਿਉਂ ਹੋ ਰਿਹਾ? ਇਹ ਇਸ ਕਰਕੇ ਹੋ ਰਿਹਾ ਕਿ ਇਸ ਦੇ ਨਾਲ ਲੋਕਾਂ ਦੇ ਵਿੱਚ ਡਰ ਪੈਦਾ ਹੋ ਜਾਏ, ਇੱਕ ਦਹਿਸ਼ਤ ਦਾ ਮਾਹੌਲ ਬਣ ਜਾਏ ਤੇ ਪੰਜਾਬ ਦੇ ਲੋਕ ਨੇ ਜਿਹੜੇ ਉਹ ਚੁੱਪ ਕਰਕੇ ਜਿਹੜੇ ਪੰਜਾਬ ਦੇ ਨੌਜਵਾਨਾਂ ਘਰਾਂ 'ਚ ਬੈਠ ਜਾਣ। ਪਰ ਆਪਾਂ ਇਹ ਕਹਿਣਾ ਚਾਹੁੰਦਾ, ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਕਿ ਜੇ ਦਿੱਲੀ ਪੁਲਿਸ ਪੰਜਾਬ ਦੇ ਵਿੱਚ ਕਿਸੇ ਪਿੰਡ ਦੇ ਵਿੱਚ ਆ ਕੇ ਗ੍ਰਿਫਤਾਰੀ ਕਰਦੀ ਹੈ ਤਾਂ ਪਿੰਡਾਂ ਦੇ ਵਿੱਚ ਹੋਕੇ ਦਿਵਾਓ, ਗੁਰਦੁਆਰਾ ਦੇ ਵਿੱਚ ਅਨਾਊਂਸਮੈਂਟਾਂ ਕਰਾਓ, ਨਾਲ ਨਾਲ ਇਕੱਠੇ ਉਹਨੂੰ ਭਰਾ ਕਰ ਕੋਠੀ ਬਿਠਾ ਦਿਓ। ਸੋ ਇਸ ਕਰਕੇ ਭਰਾਵੋ, ਇਹ ਅੰਦੋਲਨ ਸੰਘਰਸ਼ ਆ ਜਿਹੜਾ ਕਿਸੇ
ਕਿਸੇ ਮੱਝ ਦੇ ਕਿਸੇ ਜਾਤ ਦੇ ਲੋਕਾਂ ਦਾ ਨਹੀਂ ਹੈ। ਇਹ ਸਮੁੱਚੇ ਹਰ ਘਰ ਘਰ ਦੀ ਲੜਾਈ ਹੈ, ਹਰ ਕੁੱਲੇ ਦੀ ਲੜਾਈ ਹੈ, ਹਰ ਇਨਸਾਨ ਦੀ ਰੋਜ਼ੀ ਰੋਟੀ ਦੀ ਲੜਾਈ ਹੈ ਪ੍ਰਭੂ, ਹਰ ਇਨਸਾਨ ਦੀਆਂ ਆਉਣ ਵਾਲੀਆਂ ਪੁਸਤਕਾਂ ਆਉਣ ਵਾਲੀਆਂ ਪੀੜ੍ਹੀਆਂ ਦੀ ਲੜਾਈ। ਇਹਨੂੰ ਇਹ ਸਮਝ ਕੇ ਲੜਿਆ ਜਾਵੇ, ਇਹ ਨਾ ਸਮਝੋ ਕਿ ਇਕੱਲੇ ਸਿੱਖ ਲੜ ਰਹੇ ਹੈ, ਇਕੱਲੇ ਕਿਸਾਨ ਲੜ ਰਹੇ ਹੈ, ਇਕੱਲੇ ਮਜ਼ਦੂਰ ਲੜ ਰਹੇ ਹੈ, ਨਹੀਂ ਇੱਥੇ ਇਕਜੁੱਟ ਹੋਣ ਦੀ ਲੋੜ ਹੈ, ਕਿਉਂਕਿ ਆਪਾਂ ਸਾਰੇ ਪੰਜਾਬ ਦੀ ਧਰਤੀ ਦਾ ਦਿੱਤਾ ਖਾਂਦੇ ਹਾਂ। ਆਪਣਾ ਫਰਜ਼ ਬਣਦਾ ਹੈ, ਇਸ ਧਰਤੀ ਮਾਂ ਦਾ ਕਰਜ਼ਾ ਹਰ ਪੰਜਾਬੀ ਦੇ ਸਿਰ ਤੇ ਹੈ। ਮੈਂ ਤੁਹਾਨੂੰ ਵਾਅਦਾ ਕਰਦਾ, ਆ ਤੁਹਾਡਾ ਪਿਆਰ ਦੇਖ ਕੇ, ਤੁਹਾਡਾ ਸਤਿਕਾਰ ਦੇਖ ਕੇ, ਤੁਸੀਂ ਮਾਣ ਕਰਦੇ ਹੋ। ਸਿਰਫ ਮੈਂ ਫਿਰ ਕਹਿਣਾ, ਇੱਕ ਛੋਟੇ ਜਿਹੇ ਸੱਤੇ ਦੇ ਉੱਪਰ ਦੀ ਐਡੀ ਵੱਡੀ ਗਿਣਤੀ 'ਚ ਪਹੁੰਚੇ। ਮੈਂ ਕਹਿੰਦਾ ਲੱਖਾ ਹਮੇਸ਼ਾ ਕਰਤਾਰ ਹੋਦਾ ਮੈਂ ਮੇਰੇ ਲੋਕਾਂ ਦਾ, ਜਿੰਨਾ ਚਿਰ ਮੇਰੇ ਨਾੜਾਂ ਦੇ ਵਿੱਚ ਖੂਨ ਦੌੜੂਗਾ। ਇਹ ਯਾਦ ਰੱਖ ਦਿੱਲੀਏ, ਇਹ ਜਿਉਂਗਾ ਵੀ ਪੰਜਾਬ ਲਈ, ਤੇ ਜਿੱਥੇ ਡੁੱਲਿਆ ਇਸ ਧਰਤੀ ਦੇ ਉੱਤੇ ਡੁੱਲੂਗਾ ਵੀ ਪੰਜਾਬ। ਕੋਈ ਘਬਰਾਉਣ ਦੀ ਡਰ ਦੀ ਆਪਾਂ ਨੂੰ ਲੋੜ ਨਹੀਂ ਹੈਗੀ, ਕੋਈ ਗੱਲ ਨਹੀਂ। ਜਦੋਂ ਸਰਕਾਰਾਂ ਜਿਹੜੀ ਕਮਤਕਾਰੀ ਦੀ ਨੀਤੀ ਹੈ ਸਰਕਾਰ ਦੀ, ਜਿਹੜੀ ਜਾਣੂ ਸਰਕਾਰ ਦੀ ਨੀਤੀ ਹੈ ਕਿ ਲੋਕਾਂ ਨੂੰ ਦੱਬਣਾ ਕਿਵੇਂ, ਕੁੱਟਣਾ ਕਿਵੇਂ ਹੈ, ਆਪਾਂ ਦੇਖਦੇ ਹਾਂ ਕਿ ਦੀਪ ਸਿੱਧੂ ਦਾ ਰਮਾਣ ਤੇ ਰਮਾਣ ਹੋ ਰਿਹਾ ਹੈ। ਅੱਜ ਸ਼ਾਇਦ ਪਤਾ ਨਹੀਂ ਕੀ ਬੋਲਦਾ, ਅੱਜ ਹਜੇ ਕੋਈ ਰਿਪੋਰਟ ਨਹੀਂ ਹੈ, ਅੱਜ ਨੂੰ ਪੇਸ਼ ਕਰਨਾ ਸੀ ਅਦਾਲਤ ਦੇ ਵਿੱਚ ਰਮਾਣ ਤੇ ਰਮਾਣ ਲੈ ਕੇ। ਹੋਰ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਦੀਪ ਨੂੰ ਕਿਸੇ ਹੋਰ ਪਾਸੇ ਜੋੜ ਕੇ ਮਾਹੌਲ ਬਣਾਇਆ ਜਾਵੇ, ਵੀ ਇਹਦਾ ਦੇਸ਼ ਤੋੜ ਰਹੇ ਸੀ, ਇਹਦਾ ਦੇਸ਼ ਧਰੋਹੀ ਨੇ, ਇਹ ਗਦਾਰ ਨੇ। ਆ ਇਸ ਮੁਲਕ ਦਾ ਗੋਦੀ ਮੀਡੀਆ ਮੇਰੇ ਵਰਗਿਆਂ ਨੂੰ, ਫੀਕ ਵਰਗਿਆਂ ਨੂੰ, ਕਿਸਾਨ ਆਗੂਆਂ ਨੂੰ, ਸਾਡੇ ਨੌਜਵਾਨਾਂ ਨੂੰ ਐਂ ਪੇਸ਼ ਕਰ ਰਿਹਾ ਜਿਵੇਂ ਸਿੱਧੂ ਬਹੁਤ ਵੱਡੇ ਅੱਤਵਾਦੀ ਹੋ ਗਏ। ਅੱਜ ਮੈਂ ਤੜਕੇ ਦੀਆਂ ਖਬਰਾਂ ਦੇਖ ਰਿਹਾ ਸੀ, ਕਿਉਂ ਲੱਗੇ ਹੋਏ ਤੜਕੇ ਦਾ ਗੋਦੀ ਮੀਡੀਆ ਪ੍ਰਚਾਰ।